हेलो गाइस, सत श्री अकाल सब नू, नमस्ते। मैं थोड़ा अपना PB12 संदीप, अज मैं थोड़े सारे लैके आया एक बहुत ही वधिया कहानी। उम्मीद करता है कि तुहानू सारयां नू पसंद आवेगी, सो सुनन की कृपालता करो। एक बार दी गल है, दो भाई हुंदे हन, एक उन्हां दे फादर साहब हुंदे हन, बहुत बीमार होंदे आ ते बैड ते पै जांदे आ। उन्हां दा जिहड़ा वड्डा पुत्तर हुंदा उहदे कोल रहिंदे हुंदे आ, ते फादर साहब कहिंदे 10 किले हुंदे उन्हां कोल, भी जिहड़ा मेरी सेवा करूगा 2 किले मैं उहनूं दूंगा, 4-4 किले दोनां भाइयां 'च वंड दिंदे आ। चलो जी, टाइम बीतदा जांदा, जदों थोड़ा टाइम बीत जांदा है तां उस तों बाद क्या हुंदा जी, फादर साहब दी डैथ हो जांदी। जिहड़े 2 किले सी ਉਹ ਫਾਦਰ ਸਾਹਿਬ ਦੇ ਕਹਿਣ ਦੇ ਮੁਤਾਬਕ ਤਾਂ ਵੱਡੇ ਭਾਈ ਕੋਲ ਸੀ, ਵੀ ਚੌਂਕ ਜਿਹੜੀ ਮੇਰੀ ਸੇਵਾ ਕਰੂਗਾ, ਪਰ ਕਾਨੂੰਨੀ ਤੌਰ 'ਤੇ ਤਾਂ ਦੋਨਾਂ ਦਾ ਹਿੱਸਾ ਬਣਦਾ ਸੀ ਉਹਦੇ ਵਿੱਚ। ਤਾਂ ਛੋਟੇ ਭਾਈ ਜਿਹੜਾ ਉਹ ਕਲੇਮ ਕਰ ਦਿੰਦਾ ਵੀ ਮੈਨੂੰ ਤਾਂ 4 ਕਿੱਲੇ ਦਿੱਤੇ, 2 ਕਿੱਲੇ ਪਾਪਾ ਜੀ ਉਹਨਾਂ ਨੂੰ ਦੇ ਗਏ। ਚਲੋ ਜੀ, ਉਹ ਕੇਸ ਕਰ ਦਿੰਦਾ ਫਾਈਲ ਜਾ ਕੇ ਕੋਰਟ 'ਚ। ਜਦੋਂ ਕੇਸ ਕਰ ਦਿੰਦਾ, ਚਲੋ ਸੰਮਨ ਆ ਜਾਂਦੇ ਉਹਨਾਂ ਨੂੰ, ਫਿਰ ਉਹਨਾਂ ਨੂੰ ਪਤਾ ਲੱਗਦਾ ਜੀ ਉਹ ਕੇਸ ਲੜਦੇ ਵੀ ਪਾਪਾ ਜੀ ਦੀ ਸੇਵਾ ਤਾਂ ਮੈਂ ਕੀਤੀ ਸੀ, ਵੀ ਮੈਂ 2 ਕਿੱਲੇ ਇਹਨਾਂ ਨੂੰ ਕਾਹਤੇ ਦੇਵਾਂ। ਚਲੋ ਜੀ, ਟਾਈਮ ਲੰਘਦਾ ਜਾਂਦਾ। ਫਿਰ ਹਰ ਵਾਰੀ ਤਰੀਕ 'ਤੇ ਜਾਣਾ, ਘਰ 'ਚ ਦੁੱਖ ਤਕਲੀਫ, ਲੜਾਈਆਂ ਹੋਣੀਆਂ, ਪੈਸੇ ਦੀ ਬਰਬਾਦੀ ਹੋਣੀ ਕੇਸ ਕਰਕੇ। ਇੱਦਾਂ ਕਰਦੇ ਕਰਦੇ 5 ਸਾਲ ਲੰਘ ਜਾਂਦੇ ਆ। ਉਹਨਾਂ ਦਾ ਕਿਹਾ ਹੁੰਦਾ ਜੀ ਕਾਫੀ ਧਨ ਲੱਗ ਜਾਂਦਾ, 1.5-2 ਲੱਖ ਰੁਪਏ ਲੱਗ ਜਾਂਦਾ, 4.5-5 ਲੱਖ ਰੁਪਏ ਦਾ ਕਿੱਲਾ ਹੁੰਦਾ ਸਾਰਾ। ਜੋ 1.5-2 ਲੱਖ ਰੁਪਏ ਲੱਗ ਜਾਂਦਾ ਹਰ ਤਰੀਕ 'ਤੇ, ਵਕੀਲਾਂ ਨੂੰ ਪੈਸੇ ਦੇ ਕੇ ਆਉਣੇ, ਮੁਨਸ਼ੀਆਂ ਨੂੰ ਦੇਣੇ, ਫਿਰ ਪੁਲਿਸ ਵਾਲਿਆਂ ਨੂੰ ਦੇਣੇ, ਫਿਰ ਕੀ ਕਰਦਾ ਜੀ ਦੁਖੀ ਹੋ ਜਾਂਦੇ ਦੋਨੇ ਜਾਣੇ ਵੀ ਕੇਸ ਪਾ ਕੇ। ਪਰ ਲੋਕਾਂ ਚਾਰੀ ਕਰਕੇ ਕੇਸ ਵੀ ਨਹੀਂ ਵਾਪਸ ਲੈਂਦੇ ਵੀ ਸਾਡੀ ਬੇਇੱਜ਼ਤੀ ਹੋ ਜਾਏਗੀ। ਫਿਰ ਸੋਚਦੇ ਵੀ ਸਾਡੇ ਇੰਨੇ ਪੈਸੇ ਲੱਗ ਗਏ ਆ ਵੀ ਚਲੋ ਜੇ ਕੇਸ ਜਿੱਤ ਜਾਵਾਂਗੇ 2 ਕਿੱਲੇ ਆ ਜਾਣਗੇ ਤਾਂ ਫਾਇਦਾ ਹੋ ਜਾਏਗਾ। ਅਤੇ ਚਲੋ ਟਾਈਮ ਲੰਘਦਾ ਜਾਂਦਾ। ਇੱਕ ਦਿਨ ਉਹ ਬੰਦਾ ਬੈਠਾ ਹੁੰਦਾ ਜਿਹੜਾ ਵੱਡਾ ਭਾਈ, ਹੁਣ ਛੋਟਾ ਭਾਈ ਹੁੰਦਾ, ਅਤੇ ਛੋਟਾ ਭਾਈ ਹੁੰਦਾ ਕਚਹਿਰੀਆਂ 'ਚ ਗਿਆ ਤਰੀਕ 'ਤੇ, ਵੱਡਾ ਭਾਈ ਆਉਂਦਾ ਨਹੀਂ, ਉਹ ਜਾ ਕੇ ਬੈਠ ਜਾਂਦਾ ਟੇਬਲ 'ਤੇ। ਅਤੇ ਜਿਹੜਾ ਉੱਥੇ ਕੋਈ ਉਹਨਾਂ ਦੇ ਸ਼ੁਭ ਚਿੰਤਕ ਹੀ ਹੁੰਦਾ ਪਿੰਡ ਦਾ, ਉਹ ਪੁੱਛਦਾ ਅੱਜ ਤੂੰ ਕਿੱਥੇ ਆ, ਕਹਿੰਦਾ ਇੱਦਾਂ ਦਾ, ਦੱਸਦਾ ਵੀ ਤਰੀਕ ਚੱਲਦੀ ਸਾਡੀ ਉੱਥੇ ਆਏ, ਕਹਿੰਦਾ ਅੱਛਾ, ਕਹਿੰਦਾ ਦੁਖੀ ਬਹੁਤ ਹਾਂ। ਅੱਛਾ, ਉਹ ਬੰਦੇ ਨੂੰ ਕਹਿੰਦਾ ਛੋਟਾ ਭਾਈ ਉਹੀ ਜਿਹਨੇ ਕੇਸ ਕੀਤਾ ਹੁੰਦਾ ਵੀ ਅਸੀਂ ਦੁਖੀ ਬਹੁਤ। ਉਹ ਪੁੱਛਦਾ ਵੀ ਕਾਹਤੇ ਦੁਖੀ ਆ, ਵੀ ਕੋਰਟ ਕਚਹਿਰੀਆਂ ਦੇ, ਕਹਿੰਦਾ ਚੱਕਰ ਲਗਾ ਲਾ ਦੁਖੀ ਹੋ ਗਏ ਹਾਂ। ਕਹਿੰਦਾ ਇਹ ਦੁੱਖ ਕਿਤੇ ਪਾਪਾ ਜੀ ਦੇ ਗਏ ਸੀ? ਕਹਿੰਦਾ ਨਹੀਂ ਜੀ, ਇਹ ਦੁੱਖ ਨਹੀਂ ਦੇ ਕੇ ਗਏ ਪਾਪਾ ਜੀ। ਕਹਿੰਦਾ ਫਿਰ? ਕਹਿੰਦਾ ਤੁਸੀਂ ਆਪ ਹੀ ਮੁੱਲ ਲਿੱਤਾ ਨਾ? ਕਹਿੰਦਾ ਇੱਕ ਸਲਾਹ ਦੇਵਾਂ ਜੇ ਮੰਨੋਗੇ? ਕਹਿੰਦਾ ਹਾਂਜੀ ਦਿਓ। ਕਹਿੰਦਾ ਤੁਸੀਂ ਇੱਦਾਂ ਕਰੋ, ਕੇਸ ਵਾਪਸ ਲੈ ਲਓ। ਕਹਿੰਦਾ ਮੇਰੇ ਤਾਂ ਇੰਨੇ ਪੈਸੇ ਲੱਗ ਗਏ, ਮੈਂ ਕਿੱਦਾਂ ਕੇਸ ਵਾਪਸ ਲੈ ਲਾਂ? ਕਹਿੰਦਾ ਦੇਖੋ, ਜੇ ਤੁਸੀਂ ਸੁਖੀ ਹੋਣਾ ਤਾਂ ਮੇਰੀ ਗੱਲ ਮੰਨਣੀ ਪੈਣੀ ਹੈ, ਨਹੀਂ ਤਾਂ ਮੇਰੇ ਨਾਲ ਗੱਲ ਕਰਨ ਦਾ ਵੀ ਕੋਈ ਫਾਇਦਾ ਨਹੀਂ ਆਪਣੇ ਤਰੀਕੇ 'ਤੇ। ਆਓ ਅਤੇ ਜਾਓ ਘਰ ਨੂੰ। ਚਲੋ, ਉਹਦੀ ਵੀ ਮੰਨ ਲੈਂਦਾ, ਕਹਿੰਦਾ ਮੈਂ ਤੁਹਾਡੀ ਵੀ ਮੰਨ ਲੈਂਦਾ। ਉਹ ਕੀ ਕਰਦਾ ਜੀ, ਉਹਨੂੰ ਸਲਾਹ ਦਿੰਦਾ, ਕਹਿੰਦਾ ਵੀ ਤੁਸੀਂ ਆਪਣਾ ਕੇਸ ਵਾਪਸ ਲੈ ਲਓ। ਛੋਟਾ ਭਾਈ ਜਿਹੜਾ ਹੁੰਦਾ ਉਹ ਉਹਨੂੰ ਭਾਈ ਨੂੰ ਕਹਿੰਦਾ ਵੀ ਮੈਂ ਕੇਸ ਕਿੱਦਾਂ ਵਾਪਸ ਲੈ ਲਾਂ, ਮੇਰੇ ਤਾਂ ਇੰਨੇ ਪੈਸੇ ਲੱਗ ਗਏ ਆ। ਕਹਿੰਦਾ ਦੇਖੋ, ਜੇ ਤਾਂ ਤੁਸੀਂ ਮੇਰੇ ਪਿੱਛੇ ਲੱਗੋਗੇ ਤਾਂ ਸੁੱਖ ਹੋ ਜੂਗਾ ਤੁਹਾਡੇ ਘਰ 'ਚ, ਅਤੇ ਜੇ ਨਹੀਂ ਬਾਕੀ ਤੁਹਾਡੀ ਇੱਛਾ। ਚਲੋ, ਉਹਦੀ ਗੱਲ ਉਹਦੇ ਦਿਮਾਗ 'ਚ ਪੈ ਜਾਂਦੀ ਹੈ। ਘਰ ਜਾਂਦਾ ਘਰ ਵਾਲੀ ਨੇ ਸਲਾਹ ਕਰਦਾ ਵੀ ਇੱਦਾਂ ਇੱਦਾਂ, ਅੱਜ ਮੈਨੂੰ ਗੱਜਣ ਸਿੰਘ ਮਿਲਿਆ ਸੀ ਫਲਾਣਾ ਪਿੰਡ ਦਾ ਬੰਦਾ ਕੋਰਟ 'ਚ, ਅਤੇ ਉਹ ਕਹਿ ਰਿਹਾ ਸੀ ਕੇਸ ਵਾਪਸ ਲੈ ਲਓ, ਤੁਹਾਡੀ ਸਾਰੇ ਦੁੱਖ ਤਕਲੀਫ ਦੂਰ ਹੋ ਜਾਣਗੇ। ਉਹਦੀ ਘਰ ਵਾਲੀ ਕਹਿੰਦੀ, ਉਹੀ ਜਨਾਨੀਆਂ ਵਾਲੀ ਗੱਲ ਕਹਿੰਦੀ, ਇੱਦਾਂ ਕਿੱਦਾਂ ਕੇਸ ਵਾਪਸ ਲੈ ਲਈਏ, ਸਾਡੇ ਤਾਂ ਇੰਨੇ ਪੈਸੇ ਲੱਗ ਗਏ ਆ। ਰਾਤ ਨੂੰ ਉਹਨੂੰ ਨੀਂਦ ਨਹੀਂ ਆਉਂਦੀ, ਸਾਰੀ ਰਾਤ ਛੋਟਾ ਭਾਈ ਸੋਚੀ ਜਾਂਦਾ। ਚਲੋ, ਸਵੇਰ ਹੁੰਦੀ ਜਦੋਂ ਵਕੀਲ ਨੂੰ ਫੋਨ ਕਰਦਾ, ਕਹਿੰਦਾ ਵਕੀਲ ਸਾਹਿਬ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਵਕੀਲ ਕਹਿੰਦਾ ਹਾਂਜੀ ਭਾਅ ਜੀ ਕਰੋ। ਕਹਿੰਦਾ ਮੇਰੇ ਆਫਿਸ 'ਚ ਆ ਜਾਓ। ਚਲੋ ਜੀ, ਆਫਿਸ 'ਚ ਚਲ ਜਾਂਦਾ ਉਹਦੇ ਛੋਟਾ ਭਾਈ। ਜਾ ਕੇ ਕਹਿੰਦਾ ਮੈਂ ਵਕੀਲ ਸਾਹਿਬ ਆਪਣੇ ਵੱਡੇ ਭਾਈ ਨਾਲ ਕੇਸ ਲੜ ਲੜ ਕੇ ਦੁਖੀ ਹੋ ਗਿਆ ਵੀ ਮੈਂ ਕੇਸ ਵਾਪਸ ਲਿਆਉਣਾ ਚਾਹੁੰਦਾ। ਵਕੀਲ ਕਹਿੰਦਾ ਵਕੀਲਾਂ ਨੂੰ ਪੈਸੇ ਬਣਦੇ? ਵਕੀਲ ਮੰਨਦਾ ਨਹੀਂ। ਵਕੀਲ ਕਹਿੰਦਾ ਕਿੱਥੇ, ਹੁਣ ਤਾਂ ਅਸੀਂ ਕੇਸ ਜਿੱਤ ਜਾਣਾ, ਇੱਦਾਂ ਇੱਦਾਂ ਕਰਕੇ ਲੱਗ ਗਏ ਤਰੀਕ ਆ ਕੀ। ਕਹਿੰਦਾ ਜੋ ਮਰਜ਼ੀ ਆ, ਵੀ ਮੈਨੂੰ ਨਹੀਂ ਚਾਹੀਦੇ, ਜੋ ਮੈਨੂੰ ਪਿਤਾ ਜੀ ਦੇ ਗਏ ਠੀਕ ਆ। ਕਹਿੰਦਾ ਮੈਂ ਇਹ ਸਮਝ ਲੂੰਗਾ ਵੀ ਪਿਤਾ ਜੀ ਨੇ 10 ਨਹੀਂ 8 ਕਿੱਲੇ ਬਣਾਏ ਸੀ, ਜਿਹੜੇ ਸਾਨੂੰ ਦੋਨਾਂ ਭਾਈਆਂ ਨੂੰ 4-4 ਕਿੱਲੇ ਮਿਲ ਗਏ। ਚਲੋ ਜੀ, ਵਕੀਲ ਨੇ ਹੁਣ ਜਦ ਜ਼ਿਆਦਾ ਪ੍ਰੈਸ਼ਰ ਪਾਉਂਦਾ ਮੰਨਣਾ ਹੀ ਸੀ। ਵਕੀਲ ਕਹਿੰਦਾ ਜੀ ਆਪਣਾ ਕਰ ਲਓ ਜੀ ਜਿੱਦਾਂ ਕਰਨਾ। ਵਕੀਲ ਜਦੋਂ ਕੀ ਕਹਿੰਦਾ ਜੀ ਚਲੋ ਸੈਨ ਸੂਨ ਕਰਾ ਲੈਂਦਾ ਉਹਦੇ ਕੋਲੋਂ, ਸੈਨ ਸੂਨ ਕਰਵਾ ਕੇ ਅਤੇ ਆਪਣਾ ਰਖਵਾ ਲੈਂਦਾ ਕਾਗਜ਼ਾਂ 'ਤੇ, ਜਾ ਕੇ ਅਗਲੀ ਤਰੀਕ ਨੂੰ ਕੋਰਟ 'ਚ ਪੇਸ਼ ਕਰ ਦਿੰਦਾ। ਚਲੋ ਜੀ, ਉਹਨਾਂ ਦਾ ਕੇਸ ਕੈਂਸਲ, ਰਫਾ ਦਫਾ ਹੋ ਜਾਂਦਾ। ਅਤੇ ਵੱਡੇ ਭਾਈ ਨੂੰ ਪਤਾ ਨਹੀਂ ਹੁੰਦਾ, ਜਦੋਂ ਵੱਡਾ ਭਾਈ ਕੋਰਟ ਆਉਂਦਾ ਤਾਂ ਉਹਨਾਂ ਦਾ ਵਕੀਲ ਦੱਸਦਾ ਕਿ ਤੇਰਾ ਕੇਸ ਜਿਹੜਾ ਤੇਰੇ ਹੱਕ 'ਚ ਹੋ ਗਿਆ। ਕਹਿੰਦਾ ਉਹ ਕਿੱਦਾਂ? ਕਹਿੰਦਾ ਤੇਰੇ ਛੋਟੇ ਭਾਈ ਨੇ ਕੇਸ ਵਾਪਸ ਲੈ ਲਿਆ, ਫੈਸਲਾ ਤੇਰੇ ਹੱਕ 'ਚ ਹੋ ਗਿਆ ਵੀ ਦੋ ਕਿੱਲੇ ਤੇਰੇ ਕੋਲ ਆ ਗਏ। ਜਦੋਂ ਉਹਨੂੰ ਇਹ ਗੱਲ ਪਤਾ ਲੱਗਦੀ ਬੜਾ ਖੁਸ਼ ਹੁੰਦਾ ਵੀ ਛੋਟੇ ਭਾਈ ਨੇ ਕੇਸ ਵਾਪਸ ਲੈ ਲਿਆ ਅਤੇ 2 ਕਿੱਲੇ ਮੇਰੇ ਕੋਲ ਆ ਗਏ, 4 ਉਹ ਹੀ 2 ਆ ਗਏ, 6 ਕਿੱਲੇ ਮੇਰੇ ਕੋਲ ਹੋ ਗਏ।
ਚਲੋ ਜੀ ਖੁਸ਼ੀ ਖੁਸ਼ੀ ਘਰ ਚੱਲ ਜਾਂਦਾ। ਜਦੋਂ ਰਾਤ ਨੂੰ ਲੰਮੇ ਪੈਂਦਾ ਲੰਮੇ ਪਿਆ 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 ਸੋਚਦਾ, ਕਹਿੰਦਾ ਵੀ ਮੇਰਾ ਛੋਟਾ ਭਾਈ ਹੋ ਕੇ ਐਡੀ ਕੁਰਬਾਨੀ ਦੇ ਰਿਹਾ, ਮੈਂ ਵੱਡਾ ਹੋ ਕੇ ਵੀ ਉਹਦੇ ਲਈ ਕੁਛ ਨਹੀਂ ਕਰ ਸਕਿਆ, ਵੀ ਮੇਰੇ ਲਈ ਤਾਂ ਬਹੁਤ ਸ਼ਰਮ ਦੀ ਗੱਲ ਆ। ਚਲੋ ਜੀ ਉਹਦੇ ਦਿਮਾਗ 'ਚ ਕੀ ਆਉਂਦਾ, ਕਹਿੰਦਾ ਚਲੋ ਜੇ ਉਹਨੇ ਕੇਸ ਵਾਪਸ ਲੈ ਲਿਆ ਵੀ ਜਿਹੜੇ 2 ਕਿੱਲੇ ਮੈਨੂੰ ਆਏ ਮੈਂ ਵੀ 2 ਕਿੱਲੇ ਨਹੀਂ ਰੱਖਣੇ, 2 'ਚੋਂ 1 ਕਿੱਲਾ ਆਪਣੇ ਛੋਟੇ ਭਾਈ ਨੂੰ ਦੇ ਦੇਣਾ। ਉਹ ਕੀ ਕਰਦਾ ਜੀ, ਅਗਲੇ ਦਿਨ ਆਪਣੇ ਵਕੀਲ ਨੂੰ ਬੁਲਾ ਲੈਂਦਾ, ਜਿਹੜੇ 2 ਕਿੱਲਿਆਂ ਦੀ ਰਜਿਸਟਰੀ ਹੁੰਦੀ ਆ ਉਹ ਆਪਣੇ 1 ਕਿੱਲੇ ਦੀ ਛੋਟੇ ਭਾਈ ਦੇ ਨਾਮ ਕਰਵਾ ਕੇ ਉਹਦੇ ਘਰ ਭੇਜ ਦਿੰਦਾ। ਜਦੋਂ ਛੋਟਾ ਭਾਈ ਦੇਖਦਾ ਵੀ ਆ ਕਾਗਜ਼ ਕਾਹਦੇ ਆਏ ਡਾਕ ਰਾਹੀਂ, ਜਦੋਂ ਉਹ ਜਾ ਕੇ ਦੇਖਦਾ ਕਿਉਂਕਿ ਬੋਲਦੇ ਨਹੀਂ ਹੁੰਦੇ ਇੱਕ ਦੂਜੇ ਨਾਲ, ਇਸ ਲਈ ਉਹਦੇ ਘਰ ਨਹੀਂ ਜਾਂਦਾ। ਚਲੋ ਜੀ 1 ਕਿੱਲੇ ਦੀ ਰਜਿਸਟਰੀ ਕਰਾ ਕੇ ਜਦੋਂ ਉਹਦੇ ਘਰ ਭੇਜ ਦਿੰਦਾ, ਜਦੋਂ ਛੋਟਾ ਭਾਈ ਰਜਿਸਟਰੀ ਦੇਖਦਾ ਉਹ ਬੜਾ ਹੈਰਾਨ ਹੋ ਜਾਂਦਾ ਵੀ ਇਹ ਕੀ ਚੱਕਰ ਆ ਵੀ ਵੀਰ ਜੀ ਨੇ ਮੇਰੇ ਨਾਮ 'ਤੇ ਰਜਿਸਟਰੀ ਕਰਾ ਤੀ। ਚਲੋ ਉਹ ਜਦੋਂ ਦੇਖਦਾ ਖੁਸ਼ੀ ਖੁਸ਼ੀ, ਚਲੋ ਜੀ ਉਹਦੇ ਦਿਲ 'ਚ ਵੱਡੇ ਭਾਈ ਲਈ ਹੋਰ ਸਤਿਕਾਰ ਵੱਧ ਜਾਂਦਾ ਵੀ ਵੱਡੇ ਭਾਈ ਨੇ ਮੇਰੇ ਲਈ ਇੰਨਾ ਵੱਡਾ ਕੰਮ ਕੀਤਾ ਵੀ ਮੇਰੇ ਨਾਂ 'ਤੇ 1 ਕਿੱਲਾ ਕਰਤਾ। ਉਹਨਾਂ ਦੇ ਘਰ ਦੇ ਵਿਚਕਾਰ ਨਾ ਦੀਵਾਰ ਕੀਤੀ ਹੁੰਦੀ ਆ, ਉਹ ਦੀਵਾਰ ਵੀ ਤੋੜ ਦਿੰਦੇ ਆ, ਵਧੀਆ ਤਰੀਕੇ ਨਾਲ ਆਪਸ 'ਚ ਰਹਿਣ ਲੱਗ ਜਾਂਦੇ ਆ, ਉਸ ਤੋਂ ਬਾਅਦ ਬਹੁਤ ਪਿਆਰ ਨਾਲ ਰਹਿੰਦੇ ਆ। ਫਿਰ ਇਸ ਕਰਕੇ ਵੀ ਜਿਹੜਾ ਬੰਦਾ ਇਸ ਕਹਾਣੀ ਤੋਂ ਇਹ ਮਿਲਦਾ ਵੀ ਸ਼ਿਕਸ਼ਾ ਮਿਲਦੀ ਹੈ ਵੀ ਜਿਹੜਾ ਬੰਦਾ ਦਿਲ ਦਾ ਦਿਆਲੂ ਹੁੰਦਾ ਹੈ ਉਹਨੂੰ ਰੱਬ ਸਭ ਕੁਛ ਦਿੰਦਾ ਹੈ। ਛੋਟੇ ਭਾਈ ਨੇ ਵੱਡੇ ਭਾਈ ਨੂੰ ਬੰਦੇ ਦੇ ਕਹਿਣ 'ਤੇ ਹੀ ਸਹੀ, ਚਾਹੇ ਗੱਜਣ ਸਿੰਘ ਦੇ ਕਹਿਣ 'ਤੇ ਹੀ ਸਾਰੀ ਜ਼ਮੀਨ ਵਾਪਸ ਕਰਤੀ। 1 ਕਿੱਲਾ ਜਿਹੜਾ ਸੀ 2 ਕਿੱਲੇ ਬਣਦੇ ਸੀ, ਜਿਹਦੇ ਪਿੱਛੇ ਕੇਸ ਲੜਦਾ ਸੀ, ਜਿਹਦੇ ਪਿੱਛੇ ਕਲੇਸ਼ ਸੀ ਘਰ 'ਚ, ਵਾਪਸ ਕਰਤਾ। ਉਹਨਾਂ ਦੇ ਘਰ ਹੱਸੀ ਖੁਸ਼ੀ ਹੋਣ ਲੱਗ ਗਏ, ਦੋਨੇ ਭਾਈ ਆਪਸ 'ਚ ਮਿਲਣ ਵਰਤਣ ਲੱਗ ਗਏ, ਨਿਆਣੇ ਮਿਲਣ ਵਰਤਣ ਲੱਗ ਗਏ। ਸੋ ਇੱਥੋਂ ਇਹ ਸਾਬਿਤ ਹੁੰਦਾ ਹੈ ਕਿ ਜੋ ਪਰਮਾਤਮਾ ਨੇ ਦਿੱਤਾ ਉਹਦੀ ਰਜ਼ਾ 'ਚ ਖੁਸ਼ ਰਹੋ, ਬਹੁਤੀ ਦੀ ਉਪੇਕਸ਼ਾ 'ਚ ਕਿਤੇ ਥੋੜ੍ਹਾ ਵੀ ਨਾ ਗਵਾ ਲਓ ਜੋ ਆਪਣੇ ਕੋਲ ਹੈਗਾ। ਠੀਕ ਹੈ ਜੀ, ਉਮੀਦ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਇਹ ਕਹਾਣੀ ਪਸੰਦ ਆਈ ਹੋਏਗੀ। ਔਰ ਜੇ ਤੁਸੀਂ 2 ਭਾਈ 4 ਭਾਈ ਰਹਿੰਦੇ ਹੋ ਆਪਸ 'ਚ ਪਿਆਰ ਨਾਲ ਇਤਫਾਕ ਨਾਲ ਰਹੋ ਤਾਂ ਦੁਨੀਆ ਵੀ ਤੁਹਾਡਾ ਸਤਿਕਾਰ ਕਰੇਗੀ ਤਾਂ ਬੀਵੀ ਬੱਚੇ ਵੀ ਕਰਨਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਰਾਮ ਰਾਮ।